ਕੋਈ ਵੇਟ ਨਹੀਂ ਹੈਗਾ ਮੋਟਰਸਾਈਕਲ 'ਤੇ, ਫਿਰ ਵੀ ਦੇਖੋ ਇੰਨਾ ਉੱਧਰ ਮੂਹਰਲੇ ਬ੍ਰੇਕ ਨਾ ਲਾਇਓ। ਦੇਖੋ ਮਿੱਤਰੋ ਰਾਤ ਦਾ ਵਿਊ ਚੰਦਰਤਾ ਲੇਕ ਦਾ। ਹਾਂਜੀ ਗੁੱਡ ਮੋਰਨਿੰਗ ਜੀ ਸਾਰਿਆਂ ਨੂੰ, ਅਤੇ ਅੱਜ ਸਾਡਾ ਦਿਨ ਹੈਗਾ ਜੀ 8ਵਾਂ। ਅਸੀਂ ਰੁਕੇ ਹੋਏ ਹਾਂ ਇੱਕ ਛੋਟੇ ਜਿਹੇ ਪਿੰਡ ਹੰਸ ਦੇ ਵਿੱਚ, ਅਤੇ ਬ੍ਰੇਕਫਾਸਟ ਚੱਲੀ ਜਾਂਦਾ ਮਿੱਤਰੋ, ਆਲੂ ਵਾਲੇ ਪਰੌਂਠੇ ਜਮਾਂ ਘਰ ਵਾਲੀ ਲਿਆਉਂਦਾ ਪਿਆ ਮਾਹੌਲ ਇੰਨਾ ਵਧੀਆ ਇਹਨਾਂ ਨੇ, ਮਤਲਬ ਰਾਤ ਸਾਨੂੰ ਰੋਟੀ ਵੀ ਪੂਰੀ ਵਧੀਆ ਖਵਾਈ, ਅਤੇ ਹੁਣ ਪਰੌਂਠੇ ਆਲੂ ਵਾਲੇ, ਅਤੇ ਇਹਨਾਂ ਦਾ ਬਣਿਆ ਹੋਇਆ ਹੈਗਾ ਹੋਟਲ, ਅਤੇ ਅਸੀਂ ਅੱਜ ਜਾਣਾ ਗਾ ਅੱਗੇ ਚੰਦਰਤਾ ਲੇਕ ਲੋਸਰ। ਹਾਂ ਹਾਂ, ਅਤੇ ਇੱਥੋਂ ਜਿਹੜੀ ਉਹਦੀ 60 ਕਿਲੋਮੀਟਰ, ਅਤੇ ਅੱਜ ਅਸੀਂ ਸਟੇਅ ਵੀ ਉੱਥੇ ਕਰਾਂਗੇ, ਕੈਂਪਿੰਗ ਕਰਾਂਗੇ। ਅਤੇ ਪਿੰਡ ਆ ਰਿਹਾ ਹੈਗਾ ਉੱਥੇ ਇੱਕ ਚਾਚਾ ਚਾਚੀ ਦਾ ਕਹਿੰਦੇ ਰੈਸਟੋਰੈਂਟ ਹੈਗਾ, ਢਾਬਾ ਹੈਗਾ, ਉੱਥੇ ਵੀ ਜਾਵਾਂਗੇ। ਅਤੇ ਅੱਜ ਜੇ ਅੱਜ ਵਾਲਾ ਦਿਨ ਅਤੇ ਕੱਲ੍ਹ ਵਾਲਾ ਦਿਨ ਸਾਡੇ ਲਈ ਪੂਰਾ ਟੱਫ ਹੋਣ ਵਾਲਾ ਹੈਗਾ, ਕਿਉਂਕਿ ਸਾਰਾ ਆਫ ਰੋਡਿੰਗ ਹੈਗਾ। ਜਿਹੜਾ ਵੀ ਉੱਧਰ ਮੋਹਾਲੀ ਕਹਿੰਦੀ ਆਉਂਦਾ ਬਸ ਐਂ ਕਹਿੰਦਾ ਬਾਈ ਮਨਾਲੀ, ਮੈਂ ਕੀ ਕਹਿੰਦਾ ਮੋਹਾਲੀ ਮਨਾਲੀ। ਚਾਹ ਮਾੜੀ ਹੋਰ ਕਰਵਾਈ ਯਾਰ। ਜਿਹੜਾ ਵੀ ਉੱਧਰੋਂ ਯਾਰ ਆਉਂਦਾ ਗਾ ਮਨਾਲੀ ਵੱਲੀਓ, ਉਹੀ ਕਹਿੰਦਾ ਕਿ ਬਾਈ ਔਖਾ ਕੰਮ ਹੈਗਾ। ਅਸਲੀ ਦਾ ਰੂਟ ਸਾਡਾ ਅੱਜ ਸਟਾਰਟ ਹੋਇਆ, ਉੱਦਣ ਦੇ ਤਾਂ ਪਹੁੰਚੇ ਹੀ ਆ। ਸਹੀ ਗੱਲ ਆ, ਅਸਲੀ ਦਾ ਅੱਜ ਸਟਾਰਟ ਹੋਇਆ ਬਾਈ। ਸੋ ਚਲੋ ਦੇਖਦੇ ਹਾਂ ਅੱਗੇ ਕੀ ਬਣਦਾ ਜੀ। ਲਓ ਜੀ ਲੱਗੇ ਸੀਗੇ ਤੁਰਨ, ਅਤੇ ਖਿੱਚ ਲਈਆਂ ਤਿਆਰੀਆਂ, ਮੁੰਡਿਆਂ ਨੇ ਹੋ ਗਿਆ ਰੈਡੀ, ਅਤੇ ਅਸੀਂ ਹੁਣ ਚੱਲਿਆਂਗੇ ਚੰਦਰਤਾ ਲੇਕ। 60 ਕਿਲੋਮੀਟਰ ਦਾ ਸਾਡਾ ਹੋਊਗਾ ਸਫ਼ਰ, ਬਾਟਲ ਪਹਿਲਾਂ ਉੱਥੇ ਜਾਣਾ ਹੈਗਾ। ਓਕੇ ਜੀ, ਮਿਲਦੇ ਹਾਂ ਜੀ ਅੱਗੇ। ਰਾਈਡਰ ਸਾਹਿਬ ਆਈ ਜਾਂਦੇ ਨੇ ਸਾਰੀ। ਰੋਡ ਚੌੜਾ ਹੋ ਰਿਹਾ ਹੈਗਾ, ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਕੰਮ, ਉਮੀਦ ਹੈ ਜਦੋਂ ਅਸੀਂ ਅੱਗੇ ਕਦੇ ਆਏ ਸਾਨੂੰ ਰੋਡ ਵਧੀਆ ਖੁੱਲ੍ਹਾ ਡੁੱਲਾ ਮਿਲੂਗਾ। ਇੰਨੇ 'ਚ 44 ਹੀ ਬਣਾ ਰਹੇ ਨੇ, ਮੈਨੂੰ ਤਾਂ ਲੱਗਦਾ ਬਹੁਤ ਜ਼ਿਆਦਾ ਚੌੜਾ ਰੋਡ ਚੱਲ ਰਿਹਾ ਹੈਗਾ ਪ੍ਰੋਸੈਸ ਲਈ। ਬਰਫੀਲੇ ਪਹਾੜ ਅੱਜ ਸਾਡੇ ਨਾਲ ਨਾਲ ਜਾਂਦੇ ਹੋਏ, ਟੋਈ ਵੱਡੇ ਵੱਡੇ ਪੱਥਰ, ਇਹ ਤਾਂ ਅਸੀਂ ਮੋਟਰਸਾਈਕਲ ਖੜਾ ਹੋ ਜਾਂਦਾ, ਮੂਹਰੋਂ ਖੜਾ ਹੋ ਜਾਂਦਾ ਹੈ, ਇਹ ਤਾਂ ਕੱਲ੍ਹ ਹਜੇ ਕੱਲ੍ਹ ਪਤਾ ਲੱਗਣਾ। ਲਓ ਜੀ ਅਸੀਂ ਖੜੇ ਹਾਂ ਇਸ ਟਾਈਮ ਲੋਸਰ ਦੇ ਵਿੱਚ, ਅਤੇ ਅਸੀਂ ਇਸ ਕਰਕੇ ਰੋਕੇ ਕਿਉਂਕਿ ਅਸੀਂ ਕੁਛ ਖਾਣ ਪੀਣ ਦਾ ਸਮਾਨ ਜਿਹੜਾ ਅੱਜ ਕੈਂਪਿੰਗ ਦੇ ਦੌਰਾਨ ਅਸੀਂ ਕੁਕਿੰਗ ਕਰਨੀ ਹੈ ਉਹਦਾ ਸਮਾਨ ਲਿਆ ਗਾ। ਹਾਂਜੀ, ਅਤੇ ਕਿਉਂਕਿ ਅੱਗੇ ਕੋਈ ਮਾਰਕੀਟ ਆਉਣੀ ਹੈ ਨਹੀਂ, ਸਾਰੀ ਜਿੰਨੇ ਵੀ ਇੱਥੇ ਟੂਰਿਸਟ ਅੱਗੇ ਜਾ ਰਹੇ ਨੇ ਇੱਥੇ ਸਮਾਨ ਸਮੂਨ ਲੈ ਕੇ ਪਤਾ ਕਰਕੇ ਅੱਗੇ ਜਾ ਰਹੇ ਨੇ।
ਅੱਗੇ ਫਿਰ ਚੰਦਰ ਤਲ ਲੇਕ 'ਤੇ ਨਾ ਕੋਈ ਹੈ ਨਹੀਂ ਮਤਲਬ ਇੰਨਾ ਬਾਜ਼ਾਰ ਵਧੀਆ, ਅਤੇ ਉਹ ਲੇਕ 'ਤੇ ਜਦੋਂ ਜਾਣਾਗਾ ਤਾਂ ਉਦੋਂ 1 ਕਿਲੋਮੀਟਰ ਪਹਿਲਾਂ ਬਾਈਕ ਪਾਰਕ ਕਰਕੇ 1 ਕਿਲੋਮੀਟਰ ਸਾਨੂੰ ਪੈਦਲ ਜਾਣਾ ਪੈਣਾ ਲੇਕ ਕੋਲ। ਸੋ ਅਸੀਂ ਸਮਾਨ ਸਮੂਨ ਇਕੱਠਾ ਕਰ ਲਿਆ ਅਤੇ ਅਸੀਂ ਹੁਣ ਚੱਲਦੇ ਹਾਂ। ਰੋਡ ਦੀ ਕੰਡੀਸ਼ਨ ਬੇਕਾਰ ਆ ਜਦੋਂ ਲਓ ਜੀ, ਲੋਸਰ ਤੋਂ ਨਿਕਲਣ ਲੱਗੇ ਸੀ ਅਤੇ ਇੱਥੋਂ ਪਹਿਲਾਂ ਬਾਈਕ ਦੀ ਐਂਟਰੀ ਹੁੰਦੀ ਆ ਇੱਥੇ। ਇੱਦਾਂ ਗਾ ਜੇ ਕਈ ਅੱਗੇ ਜ਼ਿਆਦਾ ਬਰਫ਼ ਹੁੰਦੀ ਆ ਤਾਂ ਇਹ ਰੋਡ ਇੱਥੋਂ ਕਲੋਜ਼ ਕਰ ਦਿੱਤਾ ਜਾਂਦਾ, ਇੱਥੋਂ ਅੱਗੇ ਨਹੀਂ ਭੇਜਦਾ। ਅਤੇ ਹੁਣ ਰੋਡ ਸਾਫ਼ ਆ ਤਾਂ ਰੋਡ ਇੱਥੋਂ ਮਤਲਬ ਇੱਥੋਂ ਗਾਹਾਂ ਐਂਟਰੀ ਕਰਾਈ ਜਾਂਦੀ ਆ ਤਾਂ ਭੇਜਿਆ ਜਾਂਦਾ ਗਾ, ਨਹੀਂ ਇੱਥੋਂ ਬੰਦ ਕਰ ਦਿੱਤਾ ਜਾਂਦਾ ਰਸਤਾ। ਸੋ ਸਾਡੀ ਐਂਟਰੀ ਹੋ ਗਈ, ਅਸੀਂ ਚੱਲਦੇ ਹਾਂ। ਲਓ ਜੀ, ਇਸ ਤੋਂ ਬਾਅਦ ਸਾਡੇ ਹੁਣ ਨੈੱਟਵਰਕ ਵੀ ਬੰਦ ਰਹਿਣਗੇ ਅਤੇ ਲੱਗਦਾ ਮਨਾਲੀ ਜਾ ਕੇ ਹੀ ਸ਼ਾਇਦ ਆਵੇ ਨੈੱਟਵਰਕ। ਅਤੇ ਅੱਗੇ ਲੋਕੇਸ਼ਨ ਦੇਖੋ, ਹਜੇ ਪ੍ਰੋਬਲਮ ਹੈਗੀ ਹੈਗੀ ਅਤੇ ਬਾਕੀ ਰੋਡ ਵੀ ਬਣ ਰਿਹਾ ਹੈਗਾ। ਆਉਣ ਵਾਲੇ ਸਮਿਆਂ ਦੇ ਵਿੱਚ ਨੈੱਟਵਰਕ ਅਤੇ ਰੋਡ ਦੋਨੋਂ ਹੀ ਵਧੀਆ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਮਿਲ ਸਕਦੇ ਨੇ। ਲਓ ਜੀ, ਆ ਫੋਰਨਰ ਜਾ ਰਹੇ ਨੇਗੇ ਸਾਈਕਲਿੰਗ 'ਤੇ ਅਤੇ ਇਹ ਸਾਡੇ ਨਾਲ ਉੱਥੇ ਰੁਕੇ ਹੋਏ ਸੀਗੇ ਹੋਮਸ ਦੇ ਹਾਂਸਾ, ਅਤੇ ਦੇਖੋ ਇਹ ਹਜੇ ਤੱਕ ਇੱਥੇ ਪਹੁੰਚ ਸਕੇ ਨੇ। ਗੱਡੀਆਂ ਵਿੱਚ ਵੀ ਆ ਕੇ ਖੁਸ਼ ਨਹੀਂ, ਮੋਟਰਸਾਈਕਲ 'ਤੇ ਵੀ ਦੇਖ ਲਓ ਇੰਨੇ ਔਖੇ ਹੁੰਦੇ ਨੇ ਅਤੇ ਇਹ ਦੇਖ ਲਓ ਇੱਧਰ ਆ ਕੇ ਦੂਸਰੀ ਕੰਟਰੀ ਦੇ ਵਿੱਚ ਆ ਕੇ ਸਾਈਕਲ ਲੈ ਕੇ। ਸੋ ਇੱਧਰ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਸਾਡੇ ਕੋਲ ਜ਼ਰੂਰ ਵਾਲਾ ਬੰਦਾ ਵੀ ਹੈਗਾ ਰਾਮਪੁਰ ਫੂਲ ਵਾਲਾ ਗੱਡੀ ਦੇ ਰਹਿ ਚੁੱਪਰ। ਚਲੋ ਵਧੀਆ ਗੱਲ ਹੈ ਜੀ ਮਿੱਤਰੋ, ਅਸੀਂ ਹੁਣ ਚੜਾਂਗੇ ਇੱਥੋਂ ਪਾਸ, ਸਾਰਾ ਔਫ ਰੋਡਿੰਗ ਹੀ ਹੈ, ਥੋੜ੍ਹਾ ਜਿਹਾ ਰਿਸਕ ਤਾਂ ਹੈਗਾ ਉਹ ਚੱਕੋ ਗੱਡੀ ਜਾਂਦੀ ਅਤੇ ਆਹ ਪਾਸ ਪਾਰ ਕਰਨਾ ਅਸੀਂ। ਪਾਸ ਦਾ ਕੀ ਨਾਮ ਸੀਗਾ ਉਹ ਤੁਹਾਨੂੰ ਪ੍ਰਿਆਕ ਦੱਸਦਾ, ਮੇਰੇ ਤੋਂ ਮਿਸਿੰਗ ਹੋ ਗਿਆ, ਮੈਂ ਭੁੱਲ ਗਿਆ। ਮੈਨੂੰ ਉਤਰਨਾ ਪੈ ਗਿਆ, ਦੇਖੋ ਮੋੜ ਵੀ ਆ, ਚੜ੍ਹਾਈ ਵੀ ਆ ਅਤੇ ਵੱਡੇ ਵੀ ਆ। ਸਾਡਾ ਥੋੜ੍ਹਾ ਲੋਡ ਹੈਗਾ ਜ਼ਿਆਦਾ, ਮੈਨੂੰ ਲੱਗਦਾ ਮੈਨੂੰ ਮਨਾਲੀ ਤੱਕ ਐਂ ਵੀ ਚੜ੍ਹ ਜਾ ਵੀ ਉਤਰ ਜਾ ਐਂ ਜਾਣਾ ਪਊਗਾ, ਐਵੇਂ ਉੱਪਰ ਜਾਣਾ ਗਾ। ਮਤਲਬ ਤੀਜੀ ਵਾਰੀ ਉਤਰ ਰਿਹਾ ਮੈਂ, ਤੀਜੀ ਵਾਰੀ ਸਾਡਾ ਮੋਟਰਸਾਈਕਲ ਥੋੜ੍ਹਾ ਲੋਡ 'ਚ ਹੈਗਾ ਅਤੇ ਰੋਡ ਸਾਰਾ ਕੱਚਾ ਹੈਗਾ। ਦੇਖੋ ਉੱਥੋਂ ਆਇਆ, ਦੋ ਵਾਰੀ ਉਤਰ, ਤੀਜੀ ਵਾਰੀ ਉਤਰਿਆ ਹੁਣ ਮੈਂ। ਹਾਂ, ਕੰਡੀਸ਼ਨ ਖਰਾਬ ਰੋਡ ਦੀ। ਲਓ ਜੀ ਦੇਖੋ, ਵਾਟਰ ਕਰੋਸਿੰਗ ਸਾਡੀ ਆ ਚੁੱਕੀ ਹੈਗੀ, ਅੰਦਾਜ਼ਾ ਲਾਇਆ ਜਾ ਰਿਹਾ ਕਿੱਥੋਂ ਗੱਡੀ ਇਹ ਗਲੇਸ਼ੀਅਰ ਪਿਘਲ ਰਿਹਾ ਹੈਗਾ। ਵਾਹਿਗੁਰੂ ਵਾਹਿਗੁਰੂ। ਉਹ ਦੇਖੋ ਪਹਿਲਾਂ ਰਾਈਡਰ ਵੀ ਸਾਨੂੰ ਕਹਿੰਦਾ ਹੈਲਪ ਕਰ ਰਹੇ ਨੇ, ਸਾਰੇ ਰਾਈਡਰ ਕਾਉਂਟਰ ਦੇ ਬਾਈ ਹੋਣੀ ਚੈੱਕ ਕਰ ਰਹੇ ਨੇ ਕਿੱਥੋਂ ਕੀ ਕਰਨਾ ਹੈਗਾ, ਫਿਰ ਅਸੀਂ ਕਰਾਂਗੇ ਨਿਕਲਾਂਗੇ। ਕੱਢੂ ਗੱਲ ਕਰਦੇ ਤੂੰ ਮੈਂ ਵੀ ਵੀਰੀ, ਮੈਨੂੰ ਬੂਟ ਦੇ ਦਿਓ, ਮੈਂ ਕੱਲੇ ਕੱਲੇ ਕਰਦਾ, ਮੈਂ ਇੱਕ ਬੂਟ ਲਾ ਕੇ ਤੁਹਾਡਾ ਲੈ ਆਇਆ ਕਰੂੰ। ਕੈਮਰਾ ਨੂੰ ਮਾਰ ਗੋਲੀ, ਤੂੰ ਪਾਸ ਪਾਰ ਕਰ ਦੀ ਗੱਲ ਕਰ। ਲਓ ਜੀ, ਵੱਡੀ ਤੇ ਵੱਡੀ ਗੱਡੀ ਫਸੀ ਖੜੀ ਹੈ। ਅਸੀਂ ਆਹ ਬ੍ਰਿਜ ਤੋਂ ਸੋਚਿਆ ਹੈਗਾ ਕਿ ਇੱਥੋਂ ਨਹੀਂ ਕੱਢ ਲਾਂਗੇ ਬਾਈਕ। ਆਹ ਦੇਖੋ ਲੱਖਾ ਤਾਂ ਲਿਆ ਆ, ਲੱਖੇ ਚੱਲ ਵੀਰੇ,
ਹੌਲੀ ਹੌਲੀ ਲਾਇਆ 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 ਹੌਲੀ ਹੌਲੀ ਮੈਂ ਵੀ ਲੈ ਕੇ ਆਉਂਦਾ ਦੇਖੋ ਯਾਰ ਆਹੀ ਤਾਂ ਬਹੁਤ ਆ ਪੁੱਤਰ ਸਪੀਡ ਵਾਲੀ ਆ ਪਾਣੀ ਦੀ ਵੱਡੀਆਂ ਵੱਡੀਆਂ ਗੱਡੀਆਂ ਕਹਿੰਦੇ ਇੱਥੇ ਆ ਕੇ ਪਤਾ ਲੱਗਦਾ ਹੈ ਚਲੋ ਹੈਲੋ ਲਿਆਓ ਮੇਰੀ ਤਾਂ ਪੈਂਟ 'ਚ ਗਿੱਲੀ ਹੋ ਗਈ ਸੀਗੀ ਅਤੇ ਲੱਤਾਂ ਸੁੰਨ ਹੋ ਰਹੀਆਂ ਨੇ ਹਵਾ ਬਾ ਠੰਡੀ ਠੰਡੀ ਹਵਾ ਠੰਡਾ ਠੰਡਾ ਪਾਣੀ ਬਰਫੀ ਬਰਫ ਗਲੇਸ਼ੀਅਰ ਚੁੱਕਣ ਚਿੱਕੜੀ ਕੰਮ ਕਹਿੰਦੇ ਤੋਂ ਕਹਿੰਦੇ ਪਾਸ ਆ ਮਿੱਤਰੋ ਪਾਸ ਚੜ੍ਹ ਰਹੇ ਹਾਂ ਪੁਲ ਪੁਲ ਦੇਖੋ ਮਿੱਤਰ ਕੱਟਣ ਵਾਲੇ ਕਿਤੇ ਪਏ ਨੇ ਡੇਲੀ ਘੱਟੋ ਘੱਟ 1000 ਗੱਡੀ ਨਿਕਲਦੀ ਉਹਨਾਂ ਦੇ ਕਿਆ ਬਾਤ ਹੈ ਯਾਰ ਇੰਨੀਆਂ ਕੁ ਜ਼ਿਆਦਾ ਲੋਕੇਸ਼ਨਾਂ ਸੋਹਣੀਆਂ ਨੇ ਜੇ ਥਾਂ ਥਾਂ 'ਤੇ ਖੜਨ ਲੱਗ ਗਏ ਨਾ ਤਾਂ ਮਿੱਤਰੋ ਇੱਥੇ ਹਨੇਰਾ ਹੋ ਜਾਣਾ ਸਾਨੂੰ ਇਹ ਹੜਦੇ ਨਹੀਂ ਆਏ ਜਾਣਾ ਵੀਡੀਓ ਬਣਾ ਲੈ ਉਹ ਤਾਂ ਗੱਡੀ ਡਿੱਗੀ ਹੈ ਨਾ ਉਹ ਦੇਖੋ ਉੱਪਰੋਂ ਡਿੱਗੀ ਹੋਈ ਮਿੱਤਰੋ ਇੱਥੇ ਤਾਂ ਉਹ ਕੰਮ ਆ ਨਜ਼ਰ ਹਟੀ ਦੁਰਘਟਨਾ ਘਟੀ ਸੋ ਲੋਕੇਸ਼ਨਾਂ ਨੂੰ ਦੇਖ ਕੇ ਡਰਾਈਵਰੀ ਸਹੀ ਕਰਿਆ ਕਰੋ ਆ ਗਿਆ ਲੱਖਾ ਆ ਗਿਆ ਚਲੋ ਪਹੁੰਚ ਚੁੱਕੇ ਅਸੀਂ ਸਫ਼ਰ ਲੰਬਾ ਤੈਅ ਕਰਕੇ ਪਾਸ ਚਾਰ ਫੋਟੋਆਂ ਕਰਕੇ ਫਿਰ ਪਹਾੜੀ 'ਤੇ ਉਤਰਦੇ ਹਾਂ ਥੱਲੇ ਵੱਧਦੇ ਹਾਂ ਅੱਗੇ ਚੰਦਰਤਾ ਲੇਕ ਹਾਉ ਹੈ ਬ੍ਰੋਸ ਹੈ ਕਹਿੰਦੇ ਕੁਝ ਪਾਸ 'ਤੇ ਮੁੰਡੇ ਵਾਲੇ ਕਹਿੰਦੇ ਚੁੱਲ੍ਹਾ ਬਾਲ ਲਿਆ ਠੰਡ ਬਹੁਤ ਹੋਈ ਪਈ ਠੰਡ ਬਹੁਤ ਹੋਈ ਪਈ ਆ ਅਤੇ ਚਾਹ ਇੱਥੇ ਪੀ ਕੇ ਕੈੜੀ ਜੀ ਪੱਤੀ ਪਾਲੀ ਕਹਿੰਦੇ ਅਨਮੋਲ ਭਾਜਾ ਕੈੜੀ ਬਣਾਉਂਦਾ ਚਾਹ ਅਤੇ ਉਸ ਤੋਂ ਬਾਅਦ ਅਸੀਂ ਮਿੱਤਰੋ ਪਹਾੜਾਂ ਤੋਂ ਐ ਨੀਚੇ ਜਾਣਾ ਗਾ ਫਿਰ ਅਸੀਂ ਪਹੁੰਚਾਂਗੇ ਚੰਦਰਤਾ ਲੇਕ ਲੰਡਨਾਂ ਨਾਲ ਗੱਲ ਕੀਤੀ ਆ ਥੋੜ੍ਹੀ ਜਿਹੀ ਅੜ ਗਈ ਸਿੰਗਲੀ ਆ ਬਾਈ ਕੋਲੀਆਂ 'ਚ ਪਾਣੀ ਮਾਰਨਾ ਕੋਲੀਆਂ ਨਹੀਂ ਹੁੰਦੀਆਂ ਕੋਲੀਆਂ ਮਾਰ ਮਾਰ ਉਹਦੇ ਉਹਦੇ ਮਾਰਨਾ ਸੁਣੋ ਜੀ ਮੈਗੀ ਵਗੈਰਾ ਖਾ ਕੇ ਤੁਰ ਲੱਗੇ ਸੀਗੇ ਅਸੀਂ ਅਤੇ ਉਦੋਂ ਬਾਅਦ ਚੰਦਰਤਾ ਲੇਕ ਰਹਿ ਗਈ ਹੈਗੀ 25 ਕਿਲੋਮੀਟਰ ਸੋ ਚਲੋ ਵੀ ਮੁੰਡਿਓ ਜਿੰਨਾ ਤਕੜਾ ਵਿਊ ਦਿੰਦਾ ਨਾ ਇੱਥੋਂ ਓਨੇ ਖਤਰਨਾਕ ਹੋਇਆ ਪਿਆ ਗਾ ਵੀਰੇ ਉੱਧਰ ਨਹੀਂ ਆਉਂਦਾ
ਚਲੋ ਆ ਜਾਓ ਹੌਲੀ ਹੌਲੀ ਆ ਜਾਓ, ਹੌਲੀ ਹੌਲੀ ਮੂਹਰਲੇ ਬ੍ਰੇਕ ਨਾਲ ਲਾਇਓ, ਮੂਹਰਲੇ ਬ੍ਰੇਕ ਨਾਲ। ਚਲੋ ਚਲੋ ਗੱਡੀ ਦੇਖੋ ਆਪਣੀ ਚੱਲ ਰਹੀ, ਇੱਕ ਤਾਂ ਨਾ ਇੱਕਦਮ ਐਂ ਟੇਪਰ ਕਰਕੇ ਚੜ੍ਹਾਈ ਆ, ਉੱਤੋਂ ਦੇਖੋ ਬਹੁਤ ਵੱਡੇ ਵੱਡੇ ਟੋਏ ਨੇ ਗੱਡੀਆਂ, ਬਹੁਤ ਤੰਗ ਜਿਹਾ ਹੋਇਆ ਪਿਆ ਹੈਗਾ, ਜਾਂ ਗੱਡੀ ਚਲਾਉਣੀ ਨਹੀਂ ਉਹਦੀ ਦਿੱਲੀ ਤੋਂ ਆਇਆ ਬਾਈ। ਜਿੰਨਾ ਤਕੜਾ ਵਿਊ ਆ ਉਨਾ ਹੀ ਤਕੜਾ ਐਡਵੈਂਚਰ ਹੋਇਆ ਪਿਆ ਮਿੱਤਰੋ। ਟੂਰਿਸਟ ਟੂਰਿਸਟ ਕੋਈ ਪਚਾਰਾ ਸਾਰਾ ਓਏ, ਹੌਲੀ ਆਇਓ, ਪੱਟੇ ਪਏ ਨੇ। ਹਾਂ ਦਿਖਾਤਾ ਮੈਂ ਲੱਪਰੀ ਲੈ ਰੱਖਾ ਖੜਾ ਗਿਆ ਤਿਆਰ ਹੈ ਤੇਰੇ ਵਾ। ਦੇਖੋ ਕਿਵੇਂ ਗਿੱਲਾ ਗਿੱਲਾ ਕੰਮ ਹੋਇਆ ਪਿਆ ਮਿੱਤਰੋ, ਜਿੰਨੀ ਸੋਹਣੀ ਲੋਕੇਸ਼ਨ, ਜਿੰਨਾ ਅਸੀਂ ਪਿੱਛੇ ਇੰਜੋਏ ਕਰਕੇ ਆਏ ਹਾਂ ਓਨਾ ਹੀ ਅੱਜ ਸਾਡੇ ਲਈ ਐਡਵੈਂਚਰ ਆ। ਇਹ ਵੀ ਇੱਕ ਹਾਂ ਵੀ ਸਾਡੀ ਇਹ ਵੀ ਇੱਕ ਇਹ ਸਮਝ ਲਓ ਰਾਈਡਿੰਗ ਦਾ ਹਿੱਸਾ ਹੁੰਦਾ ਹੈਗਾ। ਡਰਿਆ ਨਾ ਕਰੋ, ਕੱਢ ਦਿਆ ਕਰੋ ਡੱਟ ਕੇ। ਆਹ ਦੇਖੋ ਥੱਲੇ ਵੀ ਪਾਣੀ ਜਾ ਰਿਹਾ, ਸੌਣ ਲੱਗੇ। ਮੈਂ ਇਹੋ ਜਿਹਾ ਪਾਸ ਨਹੀਂ ਦੇਖਿਆ ਸੀ, ਪਾਸ ਉੱਤਰ ਰਹੇ ਹੈਗੇ, ਪਹਿਲਾਂ ਚੜ੍ਹੇ ਸੀਗੇ, ਲੇ ਵੀ ਇਹੋ ਜਿਹਾ ਕੁਛ ਨਹੀਂ ਸੀਗਾ, ਬਟ ਮਿੱਤਰ ਇੱਧਰੋਂ ਪਾਸ। ਵਾਹ ਜੀ ਵਾਹ, ਕਿਆ ਬਾਤਾਂ। ਮੈਂ ਤੁਹਾਨੂੰ ਦੱਸਿਆ ਹੋਇਆ ਨਾ ਮਿੱਤਰੋ, ਆਖਰੀ ਦੋ ਦਿਨ ਜਿਹੜੇ ਨੇ ਫੁੱਲ ਫੁੱਲ ਜੀ ਐਡਵੈਂਚਰ ਨੇ। ਸਾਡਾ ਸੋਹਣੀ ਹੈ ਸੌਦਾ, ਉੱਪਰੋਂ ਗਲੇਸ਼ੀਅਰ ਲਗਾਤਾਰ ਨਿਕਲ ਰਿਹਾ, ਜਿਵੇਂ ਮੀਂਹ ਪੈ ਰਿਹਾ ਹੈਗਾ ਉਵੇਂ ਪਾਣੀ ਲਗਾਤਾਰ, ਜਿਵੇਂ ਨਦੀ ਵਗਦੀ ਹੁੰਦੀ ਹੈਗੀ ਉਹਦੇ ਵਿੱਚ ਦੀ ਜਾ ਰਹੇ ਹੈਗੇ। ਚਲੋ 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 ਨੋਨ ਸਟੋਪ, ਚਲੋ ਨੋਨ ਸਟੋਪ, ਚਲੋ ਨੋਨ ਸਟੋਪ। ਮਿੱਤਰੋ ਅੱਗੇ ਮੇਰੇ ਪਲਟੀਨਾ ਜਾ ਰਿਹਾ, ਪੱਥਰ ਵਾਲੇ ਵੱਡੇ ਨੇ ਭਰਾਵਾਂ ਵਿੱਚ ਨਾ। ਪੈ ਗਿਆ ਉਤਰਨਾ, ਕਿਉਂਕਿ ਵੱਡੇ ਏਡੇ ਵੱਡੇ ਨੇ, ਪੈਰ ਸੁਣਦੇ ਆ ਸਲਿੱਪ ਪੈਰ ਦੇ। ਸੋ ਥੱਲੇ ਤੱਕ ਪਾਣੀ ਪਾਣੀ ਦਿੰਦਾ, ਚੱਲ 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 ਵੀਰ, ਚੱਲ ਤੂੰ ਚੱਲ ਚੱਲੀ ਜਾ ਯਾਰ, ਤੂੰ ਰੂਟ ਬਾਟ ਕਿੱਲੇ ਹੋ ਗਏ। ਦੇਖੋ ਬਿਨਾਂ ਮੀਂਹ ਤੋਂ ਹੀ ਇਹ ਹਾਲ ਆ, ਜੇ ਮਿੱਤਰੋ ਇੱਥੇ ਮੀਂਹ ਪੈ ਜੇ ਤਾਂ ਨਾ ਧੰਨ ਧੰਨ ਹੋ ਜਾਣੀ ਹੈ ਇਸ ਤਾਂ। ਹਾਂ ਵਾ ਚੱਲ ਆ ਜਾ। ਹਾਂ ਲਓ ਜੀ ਅੱਗੇ ਦੇਖੋ ਟਿੱਪਰ ਆ ਗਿਆ, ਥੱਲੇ ਜਾਣਾ ਗਾ ਪੂਰਾ ਪੂਰਾ ਗਾ, ਬੜਾ ਬਥੇਰੀ ਆ ਵਿਚਾਰੇ ਕੰਬੀ ਜਾਂਦੇ ਨੇ, ਘੁੰਮਣਾ ਪੜਦਾ ਬਾਈ। ਇੱਥੇ ਆ ਕੇ ਰੱਬ ਜਾ ਬੜਜੂ ਬੜਜੂ ਨਿਕਲ ਜਾਣਗੀਆਂ ਗੱਡੀਆਂ ਦਾ ਇੱਥੋਂ ਹੁਣ।
ਹੋਏ ਵੀ ਕਈ ਵਾਰ ਚਾਂਸ ਬਣ ਜਾਂਦੇ ਨੇ, ਆਪਾਂ ਪਤਾ ਨਹੀਂ ਕਿੱਡਾ ਸਿਸਟਮ ਆ, 14,000 ਫੁੱਟ 'ਤੇ ਲਈ ਫਿਰਦਾ। ਅਸੀਂ ਉਹ ਨੀਚੇ ਜਾਣਾ, ਉਹ ਨੀਚੇ ਰੋਡ ਦੇਖਦਾ ਉੱਥੇ ਜਾਣਾ। ਚਲੋ ਵੀ ਬਲੈਰੋ ਮੂਹਰਲੇ ਬ੍ਰੇਕ ਨਾ ਲਾਇਓ, ਹੋਏ ਹੌਲੀ, ਇਹਦਾ ਖਤਰਾ ਫਿਰ ਡਰ ਸਾਨੂੰ ਬਾਹਲਾ ਲਾ ਸਕਦੇ ਥਾਰ ਜੀ ਆ, ਥਾਰ ਹੀ ਅਗਲੀ ਵਾਰੀ ਇਹ ਧੀ ਆਉਣਾ। ਲਓ ਜੀ ਇੱਕ ਰਿਮੋਟ ਥੱਲੇ ਨੂੰ ਮੁੜ ਗਿਆ, ਇੱਕ ਚਲਾ ਗਿਆ ਸਿੱਧਾ, ਜਿਹੜਾ ਨੀਚੇ ਨੂੰ ਮੋੜ ਮੁੜਿਆ ਜੀ ਉਹ ਅੱਗੇ ਨੂੰ ਜਾ ਰਿਹਾ ਹੈਗਾ ਮੰਡਾਲੀ ਵੱਲ ਨੂੰ, ਅਤੇ ਅੱਗੇ ਹੁਣ ਆ ਸਿੱਧਾ ਅਸੀਂ ਜਿੱਧਰ ਜਾ ਰਹੇ ਹੈਗੇ, ਅਸੀਂ ਜਾ ਰਹੇ ਹੈਗੇ ਲੇਕ ਵੱਲ, ਚੰਦਰਤਾਲ ਲੇਕ ਬਾਟਲ ਵੱਲ। ਕਲੀਅਰ ਕਰ ਲਓ ਸਰ, ਜੋ ਨੀਚੇ ਕੋਲ ਗਿਆ ਉਹ ਮਨਾਲੀ ਕੋਲ ਜਾ ਰਿਹਾ ਹੈ? ਓਕੇ ਥੈਂਕ ਯੂ। ਉਹ ਦੇਖੋ ਜੀ ਕੀ ਹੈਗਾ ਸਭ ਤੋਂ ਵੱਡਾ ਪਾਗਲ ਕੰਮ, ਹਰਖਿਆ ਹੋਇਆ ਹਰਖ ਗਿਆ, ਬਾਰਡਰ ਕ੍ਰੋਸਿੰਗ ਦਾ ਹਰਖ ਗਿਆ, ਅਜੇ ਦੋ ਅੱਗੇ ਹੋਰ ਪਈਆਂ ਨੇ। ਪੂਰਾ ਰੋਡ ਆਫ ਰੋਡ 'ਤੇ, ਅਤੇ ਉਹ ਇੰਨੀ ਕੁ ਜ਼ਿਆਦਾ ਹਾਈਟ ਆ, ਮੈਨੂੰ ਉਤਰਨਾ ਪੈ ਗਿਆ, ਬਾਕੀ ਸਾਰੇ ਉਹ ਚਲੇ ਗਏ, ਅਤੇ ਵਨ ਵੇ ਲੱਗ ਰਿਹਾ। ਜਦੋਂ ਮੂਹਰੋਂ ਗੱਡੀ ਆਉਂਦੀ ਆ ਤਾਂ ਕ੍ਰੋਸਿੰਗ ਬਹੁਤ ਔਖੀ ਹੁੰਦੀ ਆ, ਔਖਾ ਹੋਇਆ ਪਿਆ, ਸਾਹ ਚੜਿਆ ਪਿਆ। ਅਸੀਂ ਹੁਣ 14 ਕਿਲੋਮੀਟਰ ਰਹਿ ਗਏ ਲੇਕ ਬੱਸ, ਅਸੀਂ ਅੱਜ ਰਾਤ ਉੱਥੇ ਰੁਕਾਂਗੇ, -10 ਡਿਗਰੀ ਤੱਕ ਟੈਂਪਰੇਚਰ ਜਾਂਦਾ, ਪਤਾ ਨਹੀਂ ਕਿਵੇਂ ਰਾਤ ਕੱਢਾਂਗੇ, ਬਟ ਸਵੇਰੇ ਕੁਛ ਵੀ ਹੋ ਜੇ 4 ਵਜੇ ਉੱਠ ਕੇ 5 ਵਜੇ ਨਿਕਲ ਕੇ ਅਸੀਂ ਮਨਾਲੀ ਜਾਣਾ। ਕਹਿੰਦੇ ਨੇਗੇ ਨੈੱਟ ਦਿਖਾ ਰਿਹਾ ਹੈਗਾ 6 ਘੰਟੇ ਦਾ ਰਸਤਾ, ਸਾਰਾ ਕੱਚਾ ਬੱਟੇ ਨੇ, ਪੂਰਾ ਦਿਨ ਲੱਗ ਜਾਂਦਾ ਇਹ ਲੇਕ ਤੋਂ ਮਨਾਲੀ ਤੱਕ ਜਾਣ ਲਈ। ਸਿਰਫ 95 ਕਿਲੋਮੀਟਰ ਆ ਇੱਥੋਂ ਸਿਰਫ, ਬਟ ਜੇ ਇਹੋ ਜਿਹਾ ਰੋਡ ਹੋਵੇ 95 ਛੱਡੋ 20 ਵੀ ਨਹੀਂ ਨਿਕਲਦਾ ਬਾਈ। ਅੱਜ ਦੇ ਦਿਨ ਬੱਸ ਹੋਣੀ ਸੀ, ਅਤੇ ਕੱਲ੍ਹ ਪੂਰਾ ਦਿਨ ਬੱਸ ਮਸਾਂ ਪਹੁੰਚਾਂਗੇ ਮਨਾਲੀ। ਲਓ ਜੀ ਲੇਹ ਵਾਲਾ ਕੰਮ ਹੋ ਗਿਆ, ਪੈਂਗੋਂਗ ਲੇਕ ਵਾਲਾ ਦੋ ਕੰਮ ਹੋ ਗਏ, ਉਹ ਵੀ ਸੇਮ, ਇੱਕ ਤਾਂ ਰਾਸਤਾ ਰੁਸਤਾ ਨਹੀਂ ਹੈਗਾ ਹੁਣ ਕੋਈ, ਜਿੱਧਰੋਂ ਜੀ ਕਰਦਾ ਉੱਧਰ ਨੂੰ ਜਾਂਦਾ ਮੋਟਰਾਂ ਵਾਲਾ ਬਾਈ, ਉੱਧਰ ਨੂੰ ਹੋ ਗਿਆ ਗੱਡੀਆਂ, ਇੱਧਰ ਨੂੰ ਜਾਈ ਹੁੰਦੀਆਂ ਨੇ, ਕੋਈ ਰੋਡ ਆ ਦਿਖ ਨਹੀਂ ਰਿਹਾ, ਪ੍ਰੋਪਰ ਫੋਰਚੂਨਰ ਵਾਲਾ ਇੱਧਰ ਹੀ ਲੈ ਗਿਆ, ਅਤੇ ਪਿੱਛੇ ਮਿੱਤਰੋ ਹਾਲਤ ਦੇਖੋ, ਜਿਵੇਂ ਅਸੀਂ ਪਹਿਲਾਂ ਲੇਹ ਗਏ ਸੀਗੇ ਪੈਂਗੋਂਗ ਲੇਕ ਵੇਲੇ ਨਾ, ਵਿਊ ਜਿਹਾ ਖਤਮ ਹੋ ਗਿਆ ਸੀਗਾ, ਬੱਦਲ ਜਾ ਗਏ ਸੀ ਉੱਤੇ, ਸੇਮ ਪਿੱਛੇ ਉਹੀ ਸਿਚੁਏਸ਼ਨ ਹੋਈ ਪਈ ਹੈਗੀ।
ਸੇਮ ਹੋਈ ਸਿਚੁਏਸ਼ਨ ਹੋਈ ਪਈ ਆ, ਪਰ ਹਜੇ ਉੱਧਰ ਧੁੱਪ ਹੈਗੀ ਆ, ਹਜੇ ਸਾਨੂੰ ਵਿਊ ਦੇਖ ਸਕਦਾ ਗਾ ਜੇ ਅਸੀਂ ਵਧੀਆ ਜੇ ਟਾਈਮ ਨਾਲ ਪਹੁੰਚ ਜਾਈਏ। ਦੇਖਦੇ ਹਾਂ ਵੀ ਖਿੱਚ ਗਏ ਚੰਬਲ ਗਏ ਚੰਬਲ ਗਏ, ਕਹਿੰਦੇ ਆਫ ਰੋਡਿੰਗ ਵਾਲੇ ਚੰਬਲ ਗਏ ਚੰਬਲ ਗਏ, ਖੜ ਕੇ ਜਾਂਦੇ ਨੇ। ਉਹ ਦੇਖੋ ਕੈਂਪਿੰਗ ਪੁਆਇੰਟ ਆ ਗਿਆ ਜੀ, ਇੱਥੇ ਕਹਿੰਦੇ ਚਿੜੀ ਵੱਲੇ ਖੇਡੇ ਜਾਣੇ ਆ ਮਿੱਤਰੋ। ਹੁਣ ਅਸੀਂ ਇੱਥੇ ਮੋਟਰਸਾਈਕਲ ਕਰਕੇ ਆ ਖੜਾ ਅਨਮੋਲ ਹਾਂ, ਜਿੱਥੇ ਮਰਜ਼ੀ ਲਾ ਲਓ, ਪਰ ਆਪਾਂ ਨੇੜੇ ਚੱਲਦੇ ਹਾਂ। ਅਤੇ ਇੱਥੋਂ ਮਿੱਤਰ ਹੁਣ ਅਸੀਂ ਕਹਿੰਦੇ ਮੋਟਰਸਾਈਕਲ ਪਾਰਕ ਕਰਕੇ ਇੱਥੋਂ ਸਾਨੂੰ ਹੁਣ ਪੈਦਲ ਜਾਣਾ ਪੈਣਾ ਹੈਗਾ ਵਿਊ ਦੇਖਣ ਦੇ ਲਈ। ਸੋ ਥੋੜ੍ਹਾ ਜਿਹਾ ਹੁਣ ਅਸੀਂ ਦੇਖ ਲਈਏ ਮਾੜਾ ਜਿਹਾ ਸਿਚੁਏਸ਼ਨ ਹੈਂਡਲ ਕਰਕੇ ਫਿਰ ਤੁਹਾਨੂੰ ਅੱਗੇ ਦੱਸਦੇ ਹਾਂ। ਮੈਂ ਹੈਰਾਨ ਲੋਕ ਦਿਲ ਇੱਥੇ ਵੀ ਆਉਂਦੇ ਨਾ, ਪਰ ਆਪਣੇ ਵਰਗੇ ਹੋਣਗੇ ਕਮਲੇ ਜੀ। ਚਲੋ ਜੀ ਕੈਂਪਿੰਗ ਕੈਂਪਿੰਗ ਪੁਆਇੰਟ ਹੋਇਆ ਪਿਆ ਇੱਥੇ, ਇੱਥੇ ਜਿੱਥੇ ਮਰਜ਼ੀ ਲਾ ਲਓ ਆਪਦਾ ਤੁਸੀਂ ਦਿਲ ਕਰਦਾ। ਕੋਈ ਮਿੱਤਰੋ ਹੁਣ ਤੱਕ ਦਾ ਸਾਨੂੰ ਸਭ ਤੋਂ ਡੇਂਜਰ ਅਤੇ ਸਭ ਤੋਂ ਵੱਡਾ ਬਾਰਡਰ ਕਰੋਸਿੰਗ ਮਿਲੀ ਹੈਗੀ। ਐਡੇ ਵੱਡੇ ਵੱਡੇ ਟੋਏ, ਐਡੇ ਵੱਡੇ ਵੱਡੇ ਮਤਲਬ ਖੱਡੇ ਨੇ ਨਾ ਵਿੱਚ, ਪਤਾ ਨਹੀਂ ਲੱਗਦਾ ਆਹ। ਚਲੋ ਫ੍ਰੀ ਹੈ ਦੇਖੋ, ਮੋਟਰਸਾਈਕਲ ਖਾਲੀ ਕੋਈ ਵੇਟ ਨਹੀਂ ਹੈਗਾ ਇਹਦੇ 'ਤੇ, ਫਿਰ ਵੀ ਦੇਖੋ ਕੋਈ ਵੇਟ ਨਹੀਂ ਹੈਗਾ ਮੋਟਰਸਾਈਕਲ 'ਤੇ, ਫਿਰ ਵੀ ਦੇਖੋ ਇੰਨਾ ਜ਼ਿਆਦਾ ਐਡਵੈਂਚਰ ਕਰਕੇ ਦੇਖੋ ਕੱਢਣਾ ਪੈਂਦਾ। ਮੈਂ ਤਾਂ ਪੂਰਾ ਗਿੱਲਾ ਹੋ ਗਿਆ, ਘੱਟੋ ਘੱਟ 10 ਮੋਟਰਸਾਈਕਲ ਕਢਾਉਂਦੇ ਹੋਣਗੇ, ਜੀਣ ਜੂਣ ਸਾਰੀ ਗਿੱਲੀ ਹੋ ਗਈ। ਬੂਟਾਂ 'ਚ ਪਾਣੀ ਹੈਗਾ, ਪੀਰੀ ਉਹ ਫੜ ਗਿਆ, ਉਹ ਖੜਾ ਦਾ ਮੋਟਰਸਾਈਕਲ, ਪਲਟੀਨਾ ਵੀ ਨਿਕਲ ਗਿਆ, ਰਹਿ ਗਿਆ ਹੁਣ ਅਨਮੋਲ ਵਾਲਾ, ਮੈਨੂੰ ਜਾਣਾ ਪੈਣਾ। ਅਤੇ ਮਤਲਬ ਗੱਡੀਆਂ ਵੀ ਫੋਰਚੂਨਰ 18 ਵੀ ਇੱਥੇ ਫਸੀਆਂ ਨੇ ਇਹਦੇ ਵਿੱਚ, ਦੇ ਲਓ ਪਿੰਡ ਪੁੰਡ ਪੂਰੀ ਗਿੱਲੀ ਹੋ ਗਈ। ਮੋਟਰਸਾਈਕਲ ਬਹੁਤ ਕਢਾਏ, ਸਾਹ ਬਹੁਤ ਚੜ੍ਹਦਾ ਗਾ, ਸਾਰੇ ਡਰ ਰਹੇ ਨੇ, ਉਹ ਦੇਖਦੇ ਨਵਾਂ ਰਸਤਾ ਲੱਭ ਰਹੇ ਨੇ ਬਾਈ। ਪਾਣੀ ਦਾ ਫਲੋ ਵੀ ਇੰਨਾ ਕਿ ਜ਼ਿਆਦਾ ਗਾ ਨਾ, ਜੇ ਖੜ੍ਹ ਜਾਂਦੇ ਆ ਤਾਂ ਪਾਣੀ ਧੱਕ ਧੱਕਦਾ ਬੰਦੇ ਨੂੰ। ਉਹ ਵੈਰੀ ਗੁੱਡ, ਉੱਧਰ ਲੈ ਜਾ, ਉੱਥੇ ਜਾ ਲੈ ਜਾ, ਉੱਥੇ ਜੇ ਪਰੇ ਜੀ, ਪਰੇ ਜੀ, ਪਰੇ ਜੀ ਲੈ ਜਾ, ਪਰੇ ਜੀ। ਕਰਦੇ ਪਾਰਕ ਅਸੀਂ ਚੰਦਰ ਤਲ ਲੇਕ 'ਤੇ, ਛੋਟਾ ਬਠਿੰਡੇ ਵਾਲੇ ਬਾਈ ਵੀ ਸਾਡੇ ਨਾਲ ਨੇ, ਅਤੇ ਟੂਰਿਸਟ ਦੇਖੋ ਕਿੰਨੇ ਆਏ ਹੋਏ ਨੇ। ਮਿੱਤਰੋ ਨੂੰ ਵਿਊ ਦੇਖਿਓ ਕਿੰਨਾ ਵਧੀਆ ਮਿਲੂਗਾ। ਸੋ ਹੁਣ ਅਸੀਂ ਚੱਲਦੇ ਹਾਂ ਉੱਪਰ, ਅਤੇ ਕਿਉਂਕਿ ਹੋ ਗਿਆ ਕਿ ਕਾਫੀ ਜ਼ਿਆਦਾ ਲੇਟ, ਕਿਉਂਕਿ ਇੱਥੇ ਰੂਮ ਵਗੈਰਾ ਵੀ ਹੈ ਨਹੀਂ ਸਾਡੇ ਕੋਲ, ਪਰਸਨਲ ਆਪਣਾ ਹੈਗਾ ਟੈਂਟ ਕੈਂਪਿੰਗ ਲਈ। ਸੋ ਮਿਲਦੇ ਹਾਂ ਤੁਹਾਨੂੰ ਅੱਗੇ ਕੈਂਪਿੰਗ ਕਰਕੇ, ਅਤੇ ਕਿਉਂਕਿ ਪਿੱਛੇ ਇੱਕ ਵਾਟਰ ਕਰੋਸਿੰਗ ਆਈ ਜਾਂਦੀ ਕਿ ਜ਼ਿਆਦਾ ਡੇਂਜਰ ਸੀਗੀ, ਕਾਫੀ ਮੋਟਰਸਾਈਕਲ ਫਸੇ ਉੱਥੋਂ, ਅਤੇ ਅਸੀਂ ਉਹ ਅੱਜ ਕਲੀਅਰ ਕਰਕੇ, ਕਿਉਂਕਿ ਇੱਥੇ ਹੁਣ ਕੋਈ ਵੀ ਸਾਨੂੰ ਕੈਂਪਿੰਗ ਮਤਲਬ ਪੁਆਇੰਟ ਨਹੀਂ ਮਿਲ ਰਿਹਾ, ਫੁੱਲ ਹੋ ਰਿਹਾ ਸਾਡੇ ਕੋਲ ਖੁਦ ਦਾ, ਤੁਹਾਨੂੰ ਪਤਾ ਕੈਂਪ ਹੈਗਾ। ਸੋ ਥੋੜ੍ਹਾ ਕੁ ਅੱਗੇ ਜਾ ਕੇ ਅਸੀਂ ਕੈਂਪ ਲਵਾਂਗੇ, ਕਿਉਂਕਿ ਕੱਲ੍ਹ ਨੂੰ ਅਸੀਂ ਖਿੱਚ ਕੇ ਖਿੱਚ ਧੋ ਕੇ ਪੂਰਾ ਅਸੀਂ ਪਹੁੰਚਣਾ ਹੈਗਾ ਮਨਾਲੀ। ਲਓ ਜੀ ਆਹ ਪਹਾੜੀ ਤੋਂ ਅੱਗੇ ਵਿਊ ਹੈਗਾ, ਮੈਂ ਤਾਂ ਡਰ ਗਿਆ ਸੀ, ਮੈਂ ਕਿਹਾ ਜੇ ਲੇਹ ਵਾਲਾ ਕੰਮ ਹੋ ਗਿਆ ਜਿਵੇਂ ਪੈਂਗੋਂਗ 'ਤੇ, ਸਾਨੂੰ ਵਿਊ ਨਹੀਂ ਦਿਖਿਆ, ਮੈਂ ਕਿਹਾ ਫਿਰ ਇੱਥੇ ਆ ਜਾ ਕੋਈ ਫਾਇਦਾ ਨਹੀਂ। ਸੋ ਹੈਗਾ ਸੂਰਜ, ਵਿਊ ਦਿਖ ਜੂਗਾ, ਫੋਟੋ ਆ ਜਾਣੀਆਂ, ਸਵਾਜ ਵੱਗੇ ਤੁਹਾਨੂੰ ਤੁਹਾਨੂੰ ਮੈਂ ਲੇਖ।
ਕਰਕੇ ਗਲੇਸ਼ੀਅਰ ਦੇ ਪਾਣੀ ਦੇ ਪਿਘਲਣ ਦੇ ਨਾਲ, ਗਲੇਸ਼ੀਅਰ ਜਦ ਪਿਘਲਦਾ ਤਾਂ ਇਹ ਪਾਣੀ ਇੱਥੇ ਇਕੱਠਾ ਹੋ ਜਾਂਦਾ, ਇੱਥੋਂ ਪਾਣੀ ਕਿਤੋਂ ਵੀ ਨੀਚੇ ਨਹੀਂ ਜਾਂਦਾ ਹੈਗਾ, ਤਾਂ ਕਰਕੇ ਪਾਣੀ ਹੁਣ ਬਲਿਊ ਹੀ ਰਹਿੰਦਾ ਹੈਗਾ। ਲੇਹ ਲਦਾਖ ਵੀ ਹੈਗੀ ਹੈ ਇੱਕ ਲੇਕ ਪੈਂਗੋਂਗ ਲੇਕ, ਔਰ ਇੱਕ ਇੱਥੇ ਹੈਗੀ ਹੈਗੀ ਸਪਿਤੀ ਵੈਲੀ ਵੱਲ ਚੰਦਰਤਾਲ ਲੇਕ। ਇੱਥੇ ਸਾਨੂੰ ਫਾਈਨਲੀ ਵਿਊ ਦੇਖ ਗਿਆ ਬਲਿਊ ਕਲਰ ਦਾ, ਹੁਣ ਅਸੀਂ ਉੱਧਰੋਂ ਪਿਕਸ ਲੈਂਦੇ ਹਾਂ ਕਿ ਬਾਕੀ ਵਿਊ ਦੇਖੋ ਤੁਸੀਂ ਧੁੱਪੇ। ਚਲੋ ਫਿਰ ਵਧੀਆ ਉੱਥੋਂ ਆਊਗੀ, ਵੀ ਵਧੀਆ ਸਹੀ ਆਊਗੀ। ਲਓ ਜੀ ਪਾਰ ਦੁਬਾਰੇ ਫਿਰ ਅਸੀਂ ਅੱਜ ਪਾਰ ਕਰੀ, ਬਹੁਤ ਔਖਾ ਕੰਮ ਹੋਇਆ ਸੀ, ਇੱਕ ਐਕਸਪੀਰੀਅੰਸ ਆ। ਆਹ ਬਾਈ ਉੱਠੇ ਨਿਆਲੇ ਬਾਈ ਕਾਮਯਾਬ ਆ, ਬਾਈ ਨੰਗੇ ਪੈਰੀ ਆ ਗਿਆ, ਪੈਰ ਪੈਰ ਗਿੱਲੇ ਬਰਫ ਬੁਰਾ ਹਾਲ, ਛੱਟ ਪੋਤਾ ਬਾਈ ਚਲੋ ਪਾਓ ਫਿਰ। ਲੈ ਬਾਈ ਆਹ ਕਰ ਲਿਆ ਰਲ ਗਿਆ, ਪਸੀਨਾ ਨਿਕਲ ਆਇਆ। ਨਹੀਂ ਨਹੀਂ ਬਾਈ ਨਹੀਂ ਗੱਲ ਆ ਜਾ ਪਸੀਨਾ ਵਧੀਆ ਬਾਈ, ਪਸੀਨਾ ਪਹਿਲੇ ਚੜ ਕੇ ਨਿਕਲਿਆ, ਮਾਲਣ ਦਾ ਨਿਕਲਿਆ ਤੂੰ ਆ ਬਸ ਪੈਰ ਤਿਆਰ ਆ। ਚਲੋ ਮਿਲਦੇ ਹਾਂ ਬਾਈ ਅੱਗੇ ਟੈਂਟ ਲਾਉਂਦੇ ਹਾਂ, ਦੇਖਦੇ ਕਿਤੇ ਠੰਡ ਬਹੁਤ ਹੋ ਗਈ। ਲਾਈ ਮਿੱਤਰ ਲਾ ਲਿਆ ਜੀ ਟੈਂਟ, ਮਾਰਿਆ ਵਗਾ ਕੇ ਬਸ ਇੱਥੇ ਇੱਥੇ ਇਹ ਲਓ ਜੀ ਚੰਦਰਤਾਲ ਲੇਕ ਤੋਂ 2 ਕਿਲੋਮੀਟਰ ਅਸੀਂ ਆ ਗਏ ਇੱਧਰ, ਅਤੇ ਆਹ ਬਠਿੰਡੇ ਵਾਲੇ ਬਾਈਆਂ ਦਾ ਕੈਂਪ ਹੈਗਾ, ਆਹ ਬਠਿੰਡੇ ਵਾਲੇ ਬਾਈਆਂ ਦਾ ਕੈਂਪ, ਅਤੇ ਆਹ ਹੈਗਾ ਆਪਣਾ, ਅਤੇ ਅਗਲਾ ਤੇ ਤਾਂ ਮੈਂ ਜਾਮੀ ਕੱਪੜੇ ਪਾਲਾ ਕੱਪੜੇ ਨਾ ਨਾ ਓਕੇ ਬਸ ਰੋਡਾਂ ਮਿੱਤਰ ਪੂਰੀਆਂ ਗਿੱਲੀਆਂ ਚੇਂਜ ਚੁੰਜ ਕਰਕੇ ਅੰਦਰ ਬਹਿੰਦੇ ਹਾਂ, ਕੁਕਿੰਗ ਵਾਲਾ ਮੁੰਡੇ ਆਪ ਹੀ ਦੇਖਣਗੇ। ਲੱਖੇ ਆ ਜਾ ਅੰਦਰ ਬਾਈ, ਮਿਲਾ ਲਾ ਮਿਰਚ ਆਉਣਾ ਟੈਂਪਰੇਚਰ ਹੀ ਮੈਨੇ ਮੈਂ ਦੇਖਿਆ ਸੀਗਾ 4-5 ਡਿਗਰੀ ਟੈਂਪਰੇਚਰ ਦਿਖਾਉਂਦਾ ਸੀਗਾ, ਬਾਕੀ ਇੱਕ ਟੈਂਟ ਉਹ ਲੱਗੇ ਹੋਏ ਨੇਗੇ। ਲਓ ਜੀ ਕਹਿੰਦੇ ਅੱਜ ਮੁੰਡੇ ਹੋ ਗਏ ਪਾਸ, ਬਾਈ ਵਧੀਆ ਲੱਗੀ ਆ ਮੁੰਡੇ ਦਾ, ਰੋਟੀਆਂ ਸੇਕਣ ਦਾ ਸਟਾਈਲ ਦੇਖੋ ਕਿ ਬਟਰ ਵਾਲੀਆਂ ਬਟਰ ਦੇ ਨਾਲ ਹੀ ਤੜਕਾ ਲਾਇਆ ਮੁੰਡਿਆਂ ਨੇ, ਰੱਖ ਲਓ ਮੂਲ ਬਟਰ ਮਾੜਾ ਮੋਟਰ ਕਹਿੰਦੇ ਵਰਤਦੇ ਨੀ, ਇੱਧਰ ਮੁੰਡਾ ਆਟੇ ਆਟਾ ਹੋਇਆ ਪਿਆ ਹੈਗਾ, ਹੋ ਗਿਆ ਨਿਬੜ ਗਿਆ। ਹਾਂ ਜੀ ਬਣਦੀਆਂ ਨੇ ਗੋਲ
ਕੀ ਗੱਲ ਕਰ ਠੀਕ ਹੈ ਕਿਹੜੀਆਂ ਗੱਲਾਂ ਕਰਦਾ ਪ੍ਰਧਾਨ ਚਲੋ ਜੀ ਸਿੱਖ ਗਏ ਪਰ ਅੱਜ ਆਖਰੀ ਦੇਣੀ ਆ ਦਿਖਾ ਦਾਂਗੇ ਚੱਲ ਸੌਖਾ ਹੋ ਗਿਆ ਤੇਰਾ ਵੀ ਸੌਖਾ ਹੋ ਗਿਆ ਜਿਹੜੇ ਸਾਹਮਣੇ ਬੈਠਾ ਤੇਰਾ ਵੀ ਸੌਖਾ ਹੋ ਗਿਆ ਪਾਣੀ ਨਾ ਡੋਲ ਦੇ ਭਰਾਵਾ ਕਲਿੱਪ ਜਿਹੜੀ ਆ ਨਾ ਮੈਂ ਬਾਅਦ ਵਿੱਚ ਐਡ ਕੀਤੀ ਹੈਗੀ ਇਸ ਵਲੋਗ ਦੇ ਵਿੱਚ ਇਹ ਰਿਕਾਰਡ ਕੀਤੀ ਹੋਈ ਸੀਗੀ ਮਿੱਤਰੋ ਇਹ ਨੇ ਦੇਖੋ ਟਵਿੰਕਲ ਟਵਿੰਕਲ ਲਿਟਲ ਸਟਾਰ ਜਿਹੜੀ ਆਪਾਂ ਛੋਟੇ ਹੁੰਦੇ ਪੋਇਮ ਪੜ੍ਹਦੇ ਹੁੰਦੇ ਸੀ ਇਹ ਮਿੱਤਰੋ ਤੁਹਾਨੂੰ ਲੇਹ ਦੇ ਵਿੱਚ ਪੈਂਗੋਂਗ ਲੇਕ 'ਤੇ ਵੀ ਦੇਖਣ ਨੂੰ ਮਿਲਣਗੇ ਅਤੇ ਸਪਿਤੀ ਵੈਲੀ ਕਿਤੇ ਵੀ ਆਪਾਂ ਰੁਕਦੇ ਹਾਂਗੇ ਰਾਤ ਨੂੰ ਸਟੇਅ ਕਰਦੇ ਹਾਂ ਤਾਂ ਰਾਤ ਨੂੰ ਤੁਹਾਨੂੰ ਇਹ ਦਿਖੂਗਾ ਇਹ ਹੈਗੀ ਹੈ ਵੀਡੀਓ ਚੰਦਰਤਾਲ ਲੇਕ ਦੀ ਮੇਰੀ ਖੁਸ਼ਕਿਸਮਤੀ ਸੀਗੀ ਮੈਂ ਰਾਤ ਨੂੰ ਪਾਣੀ ਪੀਣ ਲਈ ਉੱਠਿਆ ਮਿੱਤਰੋ ਮੇਰੀ ਜਿਹੜੀ ਬੋਟਲ ਸੀ ਪਾਣੀ ਦੀ ਉਹ ਕੈਂਪ ਤੋਂ ਬਾਹਰ ਪਈ ਸੀਗੀ ਅਤੇ ਜਦੋਂ ਹੀ ਮੈਂ ਬਾਹਰ ਨਿਕਲਿਆ ਤਾਂ ਜਦੋਂ ਮੈਂ ਉੱਪਰ ਆਸਮਾਨ ਵੱਲ ਦੇਖਿਆ ਤਾਂ ਉਹ ਕਿਆ ਨਜ਼ਾਰਾ ਸੀ ਮੈਂ ਤੁਹਾਨੂੰ ਐਕਸਪਲੇਨ ਕਰਕੇ ਨਹੀਂ ਦੱਸ ਸਕਦਾ ਮਿੱਤਰੋ ਨਾਲ ਦਿਆਂ ਨੂੰ ਮੈਂ ਬਹੁਤ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਬਈ ਉੱਠ ਕੇ ਦੇਖੋ ਬਾਹਰ ਕੋਈ ਨਹੀਂ ਹਿੱਲਿਆ ਕੋਈ ਨਹੀਂ ਉੱਠਿਆ ਅਤੇ ਮੇਰੀ ਕਿਸਮਤ ਚੰਗੀ ਸੀ ਮੈਂ ਇਹ ਵਿਊ ਦੇਖ ਚੁੱਕਿਆ ਆ ਅਤੇ ਮਿੱਤਰੋ ਸਪੈਸ਼ਲੀ ਜਿਹੜੇ ਟੂਰਿਸਟਸ ਆਉਂਦੇ ਨੇਗੇ ਉਹ ਇਹ ਵਿਊ ਦੇਖਣ ਦੇ ਲਈ ਰਾਤ ਨੂੰ ਇੱਥੇ ਸਟੇਅ ਕਰਦੇ ਨੇ ਚੰਦਰਤਾਲ ਲੇਕ ਕੈਂਪਿੰਗ ਕਰਦੇ ਨੇ ਵਿਊ ਦੇਖਣ ਦੇ ਲਈ ਸੋ ਫਾਈਨਲੀ ਮੈਨੂੰ ਬਹੁਤ ਹੀ ਵਧੀਆ ਲੱਗਿਆ ਇਹ ਵਿਊ ਦੇਖ ਕੇ ਐਂ ਲੱਗਦਾ ਜਿਵੇਂ ਮੈਂ ਤਾਰਿਆਂ ਦੇ ਬਿਲਕੁਲ ਨਜ਼ਦੀਕ ਪਹੁੰਚ ਗਿਆ ਹੁੰਦਾ ਜਿਵੇਂ ਕੋਈ ਉੱਪਰ ਆਸਮਾਨ ਜਿਹੜਾ ਹੈਗਾ ਜਿਵੇਂ ਨਕਲੀ ਹੁੰਦਾ ਹੈਗਾ ਐਂ ਲੱਗ ਰਿਹਾ ਸੀਗਾ ਤੁਹਾਨੂੰ ਵੀ ਵੀਡੀਓ ਦੇ ਵਿੱਚ ਫੇਕ ਲੱਗ ਰਿਹਾ ਹੋਊਗਾ ਲੇਕਿਨ ਮਿੱਤਰੋ ਇਹ ਫੇਕ ਨਹੀਂ ਹੈਗਾ ਤੁਸੀਂ ਸਰਚ ਵੀ ਕਰਕੇ ਦੇਖ ਸਕਦੇ ਹੋ ਇਹ ਵਿਊ ਬਿਲਕੁਲ ਅਸਲੀ ਆ ਰੀਅਲ ਆ ਸੋ ਮਿਲਦੇ ਹਾਂ ਮਿੱਤਰੋ ਅੱਗੇ ਤੁਹਾਨੂੰ ਲਓ ਜੀ ਡਿਨਰ ਕਰਕੇ ਅਤੇ ਚਾਹ ਪਿਲਾ ਤੀ ਮੁੰਡਿਆਂ ਨੇ ਬਣਾ ਤੀ ਤੇ ਮਿੱਤਰੋ ਚਿਲਡ ਹੋਇਆ ਪਿਆ ਮੌਸਮ ਪੂਰਾ ਮਾਈਨਸ 2 ਡਿਗਰੀ ਚੱਲ ਰਿਹਾ ਸਵੇਰ ਨੂੰ ਮਾਈਨਸ 5 ਡਿਗਰੀ ਦਿਖਾ ਰਿਹਾ ਹੈਗਾ ਵਾਟਰ ਕਰੋਸਿੰਗਾਂ ਨੇ ਕਰਾਤੀ ਬਸ ਹੋ ਹੋ ਦਵਾਈਆਂ ਦਵਾਈਆਂ ਖਾ ਲੀਆਂ ਤੇ ਹੁਣ ਕੱਲ ਨੂੰ ਅਸੀਂ ਪਹੁੰਚਣਾ ਮੇਰੇ ਮਨਾਲੀ ਮਨਾਲੀ ਕਹਿਣ ਲੱਗਾ ਸੀ ਫੇਰ ਕੱਲ ਪਹੁੰਚਣਾ ਗਾ ਮਨਾਲੀ ਮਨਾਲੀ ਤੇ 95 ਕਿਲੋਮੀਟਰ ਦੀ ਬਾਟ ਆ ਸਾਰੀ ਪਰ ਸਾਰੀ ਵੱਧ ਚਲੋ 100 ਲਾ ਲਓ ਪਰ ਸਾਰਾ ਹੈਗਾ ਆਫ ਰੋਡ ਕੱਲ ਨੂੰ ਅਸੀਂ ਕੋਸ਼ਿਸ਼ ਕਰਾਂਗੇ 5 ਵਜੇ ਉੱਠ ਕੇ 6 ਵਜੇ ਤੁਰਨ ਦੀ ਗੱਲ ਕਰਾਂਗੇ ਕੱਪੜਾ ਸਾਰਾ ਹੀ ਕਿਉਂ ਲੜੀ ਜਾਂਦੇ ਹੋ ਇਹ ਆ ਦੇਖੋ ਟੈਂਟ 'ਚ ਹੀ ਲੜਦੇ ਰਹਿੰਦੇ ਨੇ ਇਹ ਗੰਦਾ ਕੱਪੜਾ ਸਾਰਾ ਉੱਥੇ ਫੇਰ ਇਹੀ ਕੱਪੜਾ ਇਹਨਾਂ ਨੇ ਉਹ ਰੋਟੀ ਦੇ ਕਮਾਈ ਰੋਟੀ ਕਮਾਈ ਦੇ ਲਾ ਸੋ ਚਲੋ ਕੱਲ ਨੂੰ ਮਿਲਦੇ ਹਾਂ ਸਵੇਰੇ ਮਾਰਨਿੰਗ ਤੁਹਾਨੂੰ ਕੱਲ ਨੂੰ ਪਹੁੰਚਦੇ ਹਾਂ ਸ਼ਾਮ ਨੂੰ ਅਸੀਂ ਮਨਾਲੀ ਓਕੇ ਗੁੱਡ ਨਾਈਟ